ਜਲੰਧਰ ਦੇ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ। ਕੱਲ ਤੱਕ ਮਾਮਲੇ 62 ਹੋ ਗਏ ਸਨ ਤੇ ਅੱਜ ਸਵੇਰੇ ਇੱਕ ਦਿਨ ਚੜ੍ਹਦੇ ਸਾਰ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਜਿਹਦੇ ਨਾਲ ਇਹਦੀ ਸੰਖਿਆ 63 ਹੋ ਗਈ ਹੈ। ਜਲੰਧਰ ਦੇ ਵਿੱਚ ਸਭ ਤੋਂ ਜ਼ਿਆਦਾ ਮਾਮਲੇ ਨੇ ਪੰਜਾਬ ਦੇ ਵਿੱਚ, ਦੇਖਿਆ ਜਾਵੇ ਤਾਂ 63 ਮਾਮਲੇ। ਕਰੋਨਾ ਪੋਜ਼ਿਟਿਵ ਹੋਣਾ ਕੋਈ ਛੋਟੀ ਗੱਲ ਨਹੀਂ ਹੈ ਤੇ ਇਹਦੇ ਉੱਤੇ ਕਾਬੂ ਪਾਉਣਾ ਪ੍ਰਸ਼ਾਸਨ ਲਈ ਬਹੁਤ ਹੀ ਔਖਾ ਜਾਪਦਾ ਹੈ ਇਸ ਸਮੇਂ, ਕਿਉਂਕਿ ਜਿਸ ਤਰ੍ਹਾਂ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਨੇ, ਸੋਸ਼ਲ ਡਿਸਟੈਂਸਿੰਗ ਦੀਆਂ, ਮਾਸਕ ਦੀਆਂ ਜਾਂ ਗਲਵਜ਼ ਵਗੈਰਾ ਦੀਆਂ, ਉਹਨਾਂ ਉੱਤੇ ਵੀ ਲੋਕ ਭਾਵੇਂ ਮਾਸਕ ਪਾ ਕੇ ਸੜਕਾਂ ਉੱਤੇ ਘੁੰਮਦੇ ਨੇ, ਸੋਸ਼ਲ ਡਿਸਟੈਂਸਿੰਗ ਕਰਦੇ ਨੇ, ਪਰ ਇਹ ਇੱਕ ਇਸ ਤਰ੍ਹਾਂ ਦੀ ਕੜੀ ਬਣ ਚੁੱਕੀ ਹੈ ਜਲੰਧਰ ਦੇ ਵਿੱਚ ਜੋ ਕਿ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਰੋਜ਼ ਕੋਈ ਨਾ ਕੋਈ ਮਾਮਲਾ ਕਰੋਨਾ ਪੋਜ਼ਿਟਿਵ ਦਾ ਸਾਹਮਣੇ ਆਉਂਦਾ ਜਾ ਰਿਹਾ। ਹਾਲਾਂਕਿ ਨੈਗੇਟਿਵ ਮਾਮਲੇ ਬਹੁਤ ਜ਼ਿਆਦਾ ਆਏ ਨੇ, ਪਰ ਫਿਰ ਵੀ ਇੰਨੇ ਜ਼ਿਆਦਾ ਮਾਮਲੇ ਇੱਕੋ ਜ਼ਿਲ੍ਹੇ 'ਚੋਂ ਆਉਣਾ ਇੱਕ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਹੈ। ਅੱਜ ਜਲੰਧਰ ਦੇ ਸਿਵਲ ਹਸਪੀਟਲ ਦੇ ਅੰਦਰੋਂ ਕਰੋਨਾ ਵਾਰਡ ਦੇ ਵਿੱਚੋਂ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜੋ ਕਿ ਜਲੰਧਰ ਦੇ ਮੇਅਰ ਜਗਦੀਸ਼ਰ ਰਾਜਾ ਦੇ OSD ਹਰਪ੍ਰੀਤ ਸਿੰਘ ਵਾਲੀਆ ਨੇ ਜਾਰੀ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਰਿਸ਼ਤੇਦਾਰ, ਸੱਜਣ ਮਿੱਤਰ ਇਸ ਗੱਲ ਨੂੰ ਲੈ ਕੇ ਬਹੁਤ ਹੀ ਚਿੰਤਤ ਸਨ ਕਿ ਉਹਨਾਂ ਨੂੰ ਕਰੋਨਾ ਹੋ ਗਿਆ ਅਤੇ ਪਤਾ ਨਹੀਂ ਉਹਨਾਂ ਦੇ ਕਿਹੜੇ ਹਾਲਾਤ ਨੇ ਸਿਵਲ ਹਸਪੀਟਲ ਦੇ ਅੰਦਰ, ਅਤੇ ਕੀ ਪਤਾ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਉੱਥੇ ਮਿਲਦੀਆਂ ਨੇ, ਜਿਸ ਕਰਕੇ ਉਹਨਾਂ ਨੇ ਇੱਕ ਆਪਣੀ ਭੰਗੜਾ ਪਾਉਂਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਹੈ, ਤਾਂ ਕਿ ਸਾਰੇ ਉਹਨਾਂ ਸੱਜਣਾ ਮਿੱਤਰਾਂ ਨੂੰ ਪਤਾ ਲੱਗ ਸਕੇ ਕਿ ਉਹ ਬਿਲਕੁਲ ਤੰਦਰੁਸਤ ਨੇ ਅਤੇ ਅੰਦਰ ਜਿਹੜੇ ਲੋਕ ਨੇ ਉਹਨਾਂ ਦੀ ਬਿਲਕੁਲ ਸਹੀ ਤਰ੍ਹਾਂ ਕੇਅਰ ਹੋ ਰਹੀ ਅਤੇ ਉਹ ਵੀ ਅੱਗੇ ਨਾਲੋਂ ਤੰਦਰੁਸਤ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਠੀਕ ਹੋ ਕੇ ਕਰੋਨਾ ਨੂੰ ਮਾਤ ਦੇ ਕੇ ਵਾਪਸ ਲੋਕਾਂ ਦੀ ਸੇਵਾ ਵਿੱਚ ਪਹੁੰਚਣਗੇ, ਅਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਸ ਸਮੇਂ ਦੇ ਵਿੱਚ ਜਿਸ ਵੇਲੇ ਉਹਨਾਂ ਨੇ ਇਹ ਟੀਚਾ ਚੁੱਕਿਆ ਸੀ ਲੋਕਾਂ ਦੀ ਸੇਵਾ ਦਾ, ਅਤੇ ਉਹ ਕਿਸੇ ਨਾ ਕਿਸੇ ਸੰਪਰਕ 'ਚ ਆ ਕੇ ਉਹਨਾਂ ਨੂੰ ਕਰੋਨਾ ਪੋਜ਼ਿਟਿਵ ਹੋਣਾ ਪਿਆ ਅਤੇ ਉਹ ਕਰੋਨਾ ਦੇ ਸੰਪਰਕ ਵਿੱਚ ਆ ਗਏ ਅਤੇ ਉਹਦੇ ਨਾਲ ਰਿਪੋਰਟ ਪੋਜ਼ਿਟਿਵ ਆ ਗਈ। ਹਾਲਾਂਕਿ ਵੇਖਿਆ ਜਾਵੇ ਤਾਂ ਜਲੰਧਰ ਦਾ ਪ੍ਰਸ਼ਾਸਨ ਬਹੁਤ ਹੀ ਸਖਤੀ ਨਾਲ ਕਰੋਨਾ ਦੇ ਲਈ ਲੜਾਈ ਲੜ ਰਿਹਾ ਹੈ, ਪਰ ਜਲੰਧਰ ਦੇ ਵਿੱਚ ਦੇਖਿਆ ਜਾਵੇ ਤਾਂ ਲਗਾਤਾਰ ਮਾਮਲੇ ਵੀ ਵੱਧਦੇ ਨਜ਼ਰ ਆ ਰਹੇ ਨੇ। ਕੱਲ੍ਹ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਇੱਕ ਬਿਆਨ ਜਾਰੀ ਕੀਤਾ ਸੀਗਾ ਕਿ ਜਲੰਧਰ ਦੇ ਵਿੱਚ ਕਰੋਨਾ ਦੇ ਟੈਸਟ ਜ਼ਿਆਦਾ ਹੋਣ ਕਰਕੇ ਮਾਮਲੇ ਜ਼ਿਆਦਾ ਜਲੰਧਰ ਦੇ ਵਿੱਚ ਆ ਰਹੇ ਨੇ। ਪਰ ਜੇ ਇਹਦੇ ਉੱਤੇ ਸਵਾਲ ਖੜਾ ਕੀਤਾ ਜਾਵੇ ਤਾਂ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਜਿਹੜੇ ਕਈ ਜ਼ਿਲ੍ਹੇ ਜੋ ਕਿ ਗ੍ਰੀਨ ਜ਼ੋਨ ਦੇ ਵਿੱਚ ਆਏ ਨੇ, ਕੀ ਗੱਲ ਉਹਨਾਂ 'ਚ ਕਰੋਨਾ ਦਾ ਕੋਈ ਟੈਸਟ ਨਹੀਂ ਹੋਇਆ। ਹਾਲਾਂਕਿ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਆਪਣੀ ਅਣਗਹਿਲੀ ਦੇ ਉੱਤੇ ਮੰਨਣਾ ਪਏਗਾ ਕਿ ਕਿਤੇ ਨਾ ਕਿਤੇ ਉਹਨਾਂ ਤੋਂ ਅਣਗਹਿਲੀ ਹੋਈ ਹੈ, ਜਿਸ ਕਰਕੇ ਇਹ ਮਾਮਲੇ ਲਗਾਤਾਰ ਜਲੰਧਰ ਦੇ ਵਿੱਚ ਵੱਧਦੇ ਜਾ ਰਹੇ ਨੇ, ਅਤੇ ਉਸ ਅਣਗਹਿਲੀ ਨੂੰ ਫੜ ਕੇ ਉਹਦੇ 'ਤੇ ਕੰਮ ਕਰਨ ਦੀ ਲੋੜ ਹੈ। ਹਾਲਾਂਕਿ ਹੁਣ ਅੱਜ ਦੇ ਸਮੇਂ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਜਲੰਧਰ ਦੇ ਸਹਾਇਕ ਸਿਹਤ ਅਫਸਰ ਡਾਕਟਰ TP ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਕਰੋਨਾ ਟੈਸਟ ਹੈ ਉਹ ਹਰ ਦਿਨ ਅੱਗੇ ਨਾਲੋਂ ਤਿਗੁਣੇ ਕਰ ਦਿੱਤੇ ਨੇ, ਤਾਂ ਕਿ ਜੇ ਕੋਈ ਛਿਪਿਆ ਹੋਇਆ ਵੀ ਕਰੋਨਾ ਪੋਜ਼ਿਟਿਵ ਮਰੀਜ਼ ਇੱਧਰ ਉੱਧਰ ਕਿਤੇ ਹੈ ਉਹ ਵੀ ਸਾਹਮਣੇ ਆਵੇ, ਤਾਂ ਕਿ ਜਿਹੜੇ ਵੀ ਮਾਮਲੇ ਕਰੋਨਾ ਦੇ ਨੇ ਉਹ ਇੱਕ ਵਾਰੀ ਸਾਹਮਣੇ ਆਉਣ, ਤਾਂ ਕਿ ਉਹਨਾਂ ਨੂੰ ਪਕੜ ਕੇ ਉਹਨਾਂ ਉੱਤੇ ਕੰਮ ਕੀਤਾ ਜਾ ਸਕੇ। ਹਾਲਾਂਕਿ ਪ੍ਰਸ਼ਾਸਨ ਵੱਲੋਂ ਕਈ ਥਾਵਾਂ ਦੇ ਉੱਤੇ ਸੀਲਿੰਗ ਵੀ ਕੀਤੀ ਗਈ ਹੈ, ਜਿੱਥੇ ਇੱਥੇ ਕਰੋਨਾ ਪੋਜ਼ਿਟਿਵ ਮਰੀਜ਼ ਪਾਏ ਗਏ ਸਨ ਉਹਨਾਂ ਏਰੀਆ ਨੂੰ ਸੀਲ ਕੀਤਾ ਗਿਆ। ਮਿੱਠਾ ਬਾਜ਼ਾਰ, ਮਕਸੂਦਾ ਮੰਡੀ, ਨਜਾਤਮ ਨਗਰ ਅਤੇ ਇਸ ਦੇ ਨਾਲ ਲੱਗਦੇ ਸੈਂਟਰਲ ਟਾਊਨ ਅਤੇ ਹੋਰ ਕਈ ਏਰੀਏ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਸੀਲ ਕੀਤਾ ਗਿਆ ਹੈ, ਪਰ ਫਿਰ ਵੀ ਕਰੋਨਾ ਪੋਜ਼ਿਟਿਵ ਦੇ ਮਰੀਜ਼ ਦੇ ਮਾਮਲੇ ਥੰਮਣ ਦਾ ਨਾਂ ਨਹੀਂ ਲੈ ਰਹੇ। ਹੁਣ ਵੇਖਣਾ ਤਾਂ ਇਹੀ ਹੈ ਕਿ ਪ੍ਰਸ਼ਾਸਨ ਹੁਣ ਕਿਹੜੇ ਸਖਤ ਕਦਮ ਚੱਕੇਗਾ ਜਿਸ ਕਰਕੇ ਇਸ ਕਰੋਨਾ ਦੇ ਉੱਤੇ ਠੱਲ ਪਾਈ ਜਾ ਸਕੇ, ਇਹਦੀ ਚੈਨ ਨੂੰ ਤੋੜਿਆ ਜਾ ਸਕੇ, ਤਾਂ ਕਿ ਲੋਕ ਸੁੱਖ ਦਾ ਸਾਹ ਲੈ ਸਕਣ। ਅਤੇ ਪ੍ਰਸ਼ਾਸਨ ਹਾਲਾਂਕਿ ਵਾਰ ਵਾਰ ਲੋਕਾਂ ਨੂੰ ਇਹੀ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਕਿ ਘਰ ਦੇ ਵਿੱਚ ਰਹੋ, ਸੁਰੱਖਿਅਤ ਰਹੋ, ਸੋਸ਼ਲ ਡਿਸਟੈਂਸ ਬਣਾ ਕੇ ਰੱਖੋ, ਮਾਸਕ ਪਾ ਕੇ ਰੱਖੋ ਅਤੇ ਹੋਰ ਵੀ ਕਈ ਤਰ੍ਹਾਂ ਦੀ ਹਦਾਇਤਾਂ ਸਮੇਂ ਸਮੇਂ ਸਿਰ ਜਾਰੀ ਕਰਦਾ ਰਹਿੰਦਾ ਹੈ। ਪਰ ਹੁਣ ਸ਼ਾਇਦ ਲੋਕਾਂ ਨੂੰ ਹੀ ਖੁਦ ਇੱਕ ਸੋਸ਼ਲ ਡਿਸਟੈਂਸਿੰਗ ਬਣਾਉਣ ਦੀ ਲੋੜ ਹੈ, ਤਾਂ ਕਿ ਇਸ ਕਰੋਨਾ ਵਾਇਰਸ ਦੀ ਲਗਾਤਾਰ ਵੱਧ ਰਹੀ ਚੈਨ ਨੂੰ ਤੋੜਿਆ ਜਾ ਸਕੇ ਅਤੇ ਇਹਦੇ ਉੱਤੇ ਠੱਲ ਪਾਈ ਜਾ ਸਕੇ। ਪ੍ਰਸ਼ਾਸਨ ਚਾਹੇ ਆਪਣੇ ਵੱਲੋਂ ਜਿੰਨੇ ਮਰਜ਼ੀ ਸਖਤ ਕਦਮ ਚੁੱਕ ਰਿਹਾ ਹੈ, ਚਲਾਣ ਵੀ ਕੱਟ ਰਿਹਾ ਹੈ, ਮਾਮਲੇ ਵੀ ਦਰਜ ਕਰ ਰਿਹਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਉਪਰਾਲੇ ਕਰਕੇ ਲੋਕਾਂ ਨੂੰ ਸਮਝਾ ਰਿਹਾ ਕਿ ਉਹ ਘਰ ਦੇ ਵਿੱਚ ਰਹਿਣ, ਅਤੇ ਲੋਕ ਵੀ ਇਸ ਦੇ ਉੱਤੇ ਕਈ ਅਮਲ ਕਰਦੇ ਨੇ, ਪਰ ਕਈ ਮਨਚਲੇ ਲੋਕ ਜੋ ਸਿਰਫ ਇਹੀ ਸ਼ਹਿਰ ਦਾ ਹਾਲ ਦੇਖਣ ਵਾਸਤੇ ਘਰੋਂ ਬਾਹਰ ਨਿਕਲ ਜਾਂਦੇ ਨੇ, ਉਹਨਾਂ ਉੱਤੇ ਖਾਸ ਕਰਕੇ ਸਖਤੀ ਵਰਤਣ ਦੀ ਲੋੜ ਹੈ, ਤਾਂ ਕਿ ਇਸ ਕਰੋਨਾ ਦੀ ਚੈਨ ਨੂੰ ਤੋੜਿਆ ਜਾ ਸਕੇ ਅਤੇ ਜਲੰਧਰ ਨੂੰ ਕਰੋਨਾ ਮੁਕਤ ਕੀਤਾ ਜਾਵੇ। ਇਸ ਲਈ ਸਾਡੀ ਵੀ ਸਾਰਿਆਂ ਦੀ ਅਪੀਲ ਇਹੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਘਰ ਦੇ ਵਿੱਚ ਰਹੋ, ਸੁਰੱਖਿਅਤ ਰਹੋ, ਖੁਦ ਵੀ ਬਚੋ ਅਤੇ ਦੂਜਿਆਂ ਦੀ ਵੀ ਕਰੋਨਾ ਤੋਂ ਬਚਣ ਦੇ ਵਿੱਚ ਮਦਦ ਕਰੋ। ਕੈਮਰਾਮੈਨ ਜਵੇਸ਼ ਦੇ ਨਾਲ ਜਤਿੰਦਰ ਸ਼ਰਮਾ, ਡੇਲੀ ਪੋਸਟ, ਪੰਜਾਬੀ।